ਇਹ ਜਿਹੜਾ ਬਾਈਬਲ ਕਲਾਂ ਦਾ ਗੋਲੀਕਾਂਡ ਹੋਇਆ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਇਹ ਮਤ ਸਮਝਣਾ ਕਿ ਕੋਈ ਕਮੀ ਪੇਸ਼ੀ ਕਰਕੇ ਇਨਸਾਫ ਨਹੀਂ ਮਿਲ ਰਿਹਾ, ਇਹ ਬਕਾਇਦਾ ਗਿਣੀ ਮਿਥੀ ਸਾਜਿਸ਼ ਹੈ। ਇਹ ਅਣਲਿਖਿਤ ਇੱਕ ਕਾਨੂੰਨ ਬਣਿਆ ਹੋਇਆ ਇਸ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਦਾ, ਸਾਰੀਆਂ ਸਰਕਾਰਾਂ ਦਾ, ਚਾਹੇ ਉਹ ਗੁਜਰਾਲ ਸਾਹਿਬ ਦੀ ਸਰਕਾਰ ਹੈ, ਚਾਹੇ ਗੋਡੇ ਦੀ ਸਰਕਾਰ ਹੈ, ਚਾਹੇ ਕਾਂਗਰਸ ਦੀ ਹੈ ਤੇ ਚਾਹੇ ਉਹ ਹੁਣ ਬੀਜੇਪੀ ਦੀ। ਲੜਨਾ ਸਾਡਾ ਫਰਜ਼ ਹੈ, ਇਹ ਨਹੀਂ ਕਿ ਆਪਾਂ ਲੜਨੋਂ ਹਟ ਜਾਣਾ ਵਾ, ਲੜਨਾ ਸਾਡਾ ਫਰਜ਼ ਹੈ। ਪਰ ਇਹ ਸਾਜਿਸ਼ ਜਦੋਂ SSP ਲੁਧਿਆਣਾ ਸੀਗਾ, ਇਹ ਸੁਮੇਧ ਸਿੰਘ ਸੈਣੀ 93 ਦਾ 3 ਬੰਦਿਆਂ ਨੂੰ ਪੱਠੀ ਛੁੱਪ ਕੇ ਕਤਲ ਕਰਤਾ ਸੀਗਾ ਆਪਣਾ ਨਿੱਜੀ ਰੰਜਿਸ਼ ਕੱਢਣ ਵਾਸਤੇ, ਕਿਉਂਕਿ ਉਹ ਕੌਮ ਦੀ ਲੜਾਈ, ਦੇਸ਼ ਦੀ ਲੜਾਈ ਲੜਦੇ ਸੀਗੇ, ਇਸ ਲਈ ਉਹ ਮਾਫ਼ ਕਤਲ ਦੇ। ਹੁਣ 94 ਤੋਂ ਲੈ ਕੇ ਦੇਖ ਲਓ, ਚੱਲੀ ਜਾਂਦਾ। ਇਹ ਸੂਬਾ ਬਾਰਡਰ ਦੀ ਸਟੇਟ ਹੈ, ਇੱਥੇ ਜਿੰਨੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਚਾਹੇ ਉਹ ਯੁਵਾਪਾਂ ਦੇ ਤਹਿਤ, ਤਾਂ ਜਿਹੜੇ ਟਾਟਾ ਵਰਗੇ ਕੇਸ ਆ ਅਸੀਂ ਕਰਾਂਗੇ ਦਿੱਲੀਓ ਵਿੱਚ, ਕੁਛ ਨਹੀਂ ਬੋਲਣਾ ਉਹਦੇ ਵਿੱਚ। ਤੁਸੀਂ ਦੇਖਦੇ ਹੋ ਰੋਜ਼ ਪੁਲਿਸ ਹਰ ਚੌਥੇ ਪੰਜਵੇਂ ਦਿਨ ਨਾ ਇੱਕ ਖਬਰ ਆਉਂਦੀ ਹੈ ਅਖਬਾਰਾਂ ਵਿੱਚ ਛਾਪਦੀ ਕਿ ਜੀ ਖਾਲਿਸਤਾਨ ਦਾ ਮੋਡਿਊਲ ਫੜਿਆ ਗਿਆ। ਗੁਰਦੁਆਰਾ ਸਾਹਿਬ 71 ਸਾਰੀ ਸਤਿਕਾਰਯੋਗ ਹਾਜ਼ਰੀਨ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 5ਵੀਂ ਬਰਸੀ ਬਾਈਬਲ ਕਲਾਂ ਦਾ ਜਿਹੜਾ ਗੋਲੀਕਾਂਡ ਹੋਇਆ, ਬਹੁਤ ਦੁਖਾਂਤ ਵੱਡਾ, ਉੱਥੇ ਸਾਰੇ ਆਪਾਂ 71। ਅੰਗਰੇਜ਼ੀ 'ਚ ਜਦੋਂ ਇਨਸਾਫ ਨਹੀਂ ਮਿਲਦਾ ਤਾਂ ਉਹ ਕਿਹਾ ਜਾਂਦਾ ਕਿ ਜਸਟਿਸ ਡਿਨਾਈਡ, ਜਸਟਿਸ ਡਿਲੇ ਇਸ ਜਸਟਿਸ ਡਿਨਾਈਡ। ਜਦੋਂ ਤੁਸੀਂ ਇਨਸਾਫ ਨੂੰ ਬਹੁਤ ਲੰਬਾ ਲੈ ਜਾਂਦੇ ਆ ਖਿੱਚ ਕੇ, ਉਹ ਬਿਲਕੁਲ ਨਾ ਮਿਲਣ ਦੇ ਬਰਾਬਰ। ਇਹ ਜਿਹੜਾ ਬਾਈਬਲ ਕਲਾਂ ਦਾ ਗੋਲੀਕਾਂਡ ਹੋਇਆ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਇਹ ਮਤ ਸਮਝਣਾ ਕਿ ਕੋਈ ਕਮੀ ਪੇਸ਼ੀ ਕਰਕੇ ਇਹ ਇਨਸਾਫ ਨਹੀਂ ਮਿਲ ਰਿਹਾ, ਇਹ ਬਕਾਇਦਾ ਗਿਣੀ ਮਿਥੀ ਸਾਜਿਸ਼ ਹੈ। ਔਰ ਇਹ ਸਾਜਿਸ਼ ਕਿਤੇ ਲਿਖੀ ਨਹੀਂ ਹੋਈ ਸੰਵਿਧਾਨ ਦੇ ਵਿੱਚ, ਇਹ ਅਣਲਿਖਿਤ ਇੱਕ ਕਾਨੂੰਨ ਬਣਿਆ ਹੋਇਆ ਇਸ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਦਾ, ਸਾਰੀਆਂ ਸਰਕਾਰਾਂ ਦਾ, ਚਾਹੇ ਉਹ ਗੁਜਰਾਲ ਸਾਹਿਬ ਦੀ ਸਰਕਾਰ ਹੈ, ਚਾਹੇ ਗੋਡੇ ਦੀ ਸਰਕਾਰ ਹੈ, ਚਾਹੇ ਕਾਂਗਰਸ ਦੀ ਹੈ ਤੇ ਚਾਹੇ ਉਹ ਹੁਣ ਬੀਜੇਪੀ ਦੀ, ਕਿ ਜਿਹੜੀਆਂ ਇਸ ਦੇਸ਼ ਵਿੱਚ ਸਿਰ ਚੱਕਣ ਵਾਲੀਆਂ ਤਾਕਤਾਂ ਨੇ, ਜਿੱਦਾਂ ਹੁਣ ਕਿਸਾਨਾਂ ਨੂੰ ਅਲਟੀਮੇਟਲੀ ਸਰਕਾਰ ਤਰੀਕੇ ਨਾਲ ਇਹਨਾਂ ਨੂੰ ਡੀਰੇਲ ਕਰੂਗੀ, ਇਹਨੂੰ ਕੁਚਲੂਗੀ। ਜਿਹੜੀ ਵੀ ਸ਼ਕਤੀ ਇਸ ਦੇਸ਼ ਵਿੱਚ ਦਿੱਲੀ ਦੇ ਤਖ਼ਤ ਨੂੰ ਚੁਣੌਤੀ ਦੇ ਸਕਦੀ ਹੈ, ਔਰ ਖਾਸ ਤੌਰ 'ਤੇ ਜੇ ਘੱਟ ਗਿਣਤੀ ਆ ਫਿਰ ਹੋਰ ਵੀ ਬਹੁਤ ਵੱਡੀ ਖਤਰੇ ਦੀ ਗਿਣਤੀ ਹੈ। ਪੰਜਾਬ ਦੇ ਨਾਲ, ਸਿੱਖਾਂ ਨਾਲ, ਜੰਮੂ ਕਸ਼ਮੀਰ ਦੇ ਮੁਸਲਮਾਨਾਂ ਨਾਲ ਇਹ ਬਕਾਇਦਾ ਤੈਅਸ਼ੁਦਾ ਨੀਤੀ ਦੇ ਤਹਿਤ ਹੋ ਰਿਹਾ। ਤੁਸੀਂ ਦੇਖ ਲਓ, 34-35 ਸਾਲ ਸਿੱਖਾਂ ਦੇ ਕਤਲੇਆਮ ਨੂੰ ਹੋ ਗਿਆ ਦਿੱਲੀ, ਸਰਕਾਰ ਦੇ ਨੱਕ ਦੇ ਥੱਲੇ ਹੋਇਆ, ਫੌਜ ਦੇ ਨੱਕ ਦੇ ਥੱਲੇ ਹੋਇਆ, ਅੱਜ ਤੱਕ ਕੋਈ ਇਨਸਾਫ ਨਹੀਂ। ਔਰ ਇਸੇ ਤਰ੍ਹਾਂ ਹੀ ਮੁਸਲਮਾਨਾਂ ਦੇ ਖਿਲਾਫ ਜਿਹੜੇ ਦੰਗੇ ਕੀਤੇ ਗਏ, ਸਟੇਟ ਸਪੋਂਸਰਡ, ਆਪਾਂ ਉਹਦਾ ਦੰਗੇ ਕਹਿ ਦਿੰਦੇ, ਉਹ ਸਟੇਟ ਸਪੋਂਸਰਡ ਕਤਲੇਆਮ ਸੀਗਾ, ਚਾਹੇ ਉਹ ਗੋਦਰਾ ਦਾ ਕਾਂਡ, ਵੈਸਟ ਬੇਕਰੀ ਦਾ ਕਾਂਡ, 2002 ਗੁਜਰਾਤ, ਹਜ਼ਾਰਾਂ ਲੋਕ ਮਾਰੇ ਗਏ ਉੱਥੇ। ਇਨਸਾਫ ਦਾ ਕੀ ਮਿਲਣਾ ਸੀ? ਉਲਟਾ ਜਿਹਨਾਂ ਲੋਕਾਂ ਨੇ ਕਤਲ ਕੀਤਾ ਉਹ ਸਾਰੇ ਛੁਡਾ ਲਏ ਸਰਕਾਰਾਂ ਨੇ। ਕਾਂਗਰਸ ਦੇ ਸਰਕਾਰਾਂ ਵੇਲੇ ਉਹ ਕਹਿਣ ਦੀ ਲੋੜ ਨਹੀਂ ਹੁੰਦੀ, ਉਹ ਆਪਣੇ ਕੱਟੜ ਵਿਰੋਧੀਆਂ ਦੇ ਬੰਦਿਆਂ ਦੀ ਵੀ ਮਦਦ ਕਰਦੇ ਆ ਕਿ ਇਹਨਾਂ ਨੂੰ ਕੁਛ ਨਾ ਹੋਵੇ। ਇਸੇ ਤਰ੍ਹਾਂ ਹੀ ਹੁਣ ਬੀਜੇਪੀ ਨੇ ਜਿਹਨਾਂ ਲੋਕਾਂ ਨੇ ਮਤਲਬ ਇਲੈਕਟ੍ਰੋਨਿਕ ਮੀਡੀਆ ਦੇ ਸਾਹਮਣੇ ਆਪਾਂ ਬਾਬਰੀ ਮਸਜਿਦ ਢੱਠ ਦੀ ਦੇਖੀ ਹੈ 1992 'ਚ, ਔਰ ਜਿਹਨਾਂ ਲੋਕਾਂ ਨੇ ਉਹਦੇ 'ਤੇ ਰੱਥ ਯਾਤਰਾ ਕੱਢ ਕੇ ਬਕਾਇਦਾ ਤੌਰ 'ਤੇ ਕਿਹਾ ਕਿ ਅਸੀਂ ਢਾਉਣੀ ਆ ਫਲਾਨੀ ਡੇਟ ਨੂੰ, ਉਹ ਬਰੀ ਹੋ ਗਏ ਨੇ। ਸੋ ਇਸ ਨੂੰ ਆਪਾਂ ਮੰਨ ਕੇ ਚੱਲੀਏ, ਲੜਨਾ ਸਾਡਾ ਫਰਜ਼ ਹੈ, ਇਹ ਨਹੀਂ ਕਿ ਆਪਾਂ ਲੜਨੋਂ ਹਟ ਜਾਣਾ ਵਾ, ਲੜਨਾ ਸਾਡਾ ਫਰਜ਼ ਹੈ। ਪਰ ਇਹ ਸਾਜਿਸ਼ ਹੈ। ਔਰ ਆਪਣੇ ਸੈਣੀ ਦੀ ਗੱਲ ਹੀ ਲੈ ਲਓ ਤੁਸੀਂ, ਇੱਕ ਮਿੰਟ, DGP ਜਿਹੜਾ ਹੁਣ ਪੰਜਾਬ ਦਾ, ਇੱਦਾਂ ਹੀ ਆਪਣਾ KPS ਗਿੱਲ ਸੀਗਾ, ਜਿਹੜੇ ਪੁਲਿਸ ਆਫਿਸਰਸ ਨੂੰ ਜਾਂ ਜਿਹੜੇ ਫੌਜੀਆਂ ਨੂੰ ਸਰਕਾਰ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਬੰਦਿਆਂ ਨੂੰ ਮਰਵਾਉਣਾ, ਕੌਮਾਂ 'ਤੇ ਤਸ਼ੱਦਦ ਕਰਾਉਣਾ, ਉਹਨਾਂ ਨੂੰ ਬਚਾਉਣਾ ਹੀ ਬਚਾਉਣਾ ਉਹਨਾਂ ਨੇ। ਬਲਵੰਤ ਸਿੰਘ ਮੁਲਤਾਨੀ ਦੇ ਕੇਸ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲੇ ਚੱਡੇ ਪਾੜ ਕੇ ਮਾਰਿਆ, ਦੇਖ ਲਓ ਉਹੀ 32-33-34 ਸਾਲ ਹੋ ਗਏ ਨੇ। ਇਹ ਤੋਂ ਇਲਾਵਾ ਸ਼ਾਇਦ ਤੁਸੀਂ ਬਹੁਤੇ ਕਈ ਵਾਰੀ ਨਹੀਂ ਆਪਾਂ ਜਾਣਦੇ, ਇੱਕ ਸੈਣੀ ਮੋਟਰ ਕੇਸ ਹੋਇਆ ਵਾ ਜਦੋਂ SSP ਲੁਧਿਆਣਾ ਸੀਗਾ, ਇਹ ਸੁਮੇਧ ਸਿੰਘ ਸੈਣੀ 94 ਦਾ 3 ਬੰਦਿਆਂ ਨੂੰ ਪੱਠੀ ਛੁੱਪ ਕੇ ਕਤਲ ਕਰਤਾ ਸੀਗਾ ਆਪਣਾ ਨਿੱਜੀ ਰੰਜਿਸ਼ ਕੱਢਣ ਵਾਸਤੇ, ਕਿਉਂਕਿ ਉਹ ਕੌਮ ਦੀ ਲੜਾਈ, ਦੇਸ਼ ਦੀ ਲੜਾਈ ਲੜਦੇ ਸੀਗੇ, ਇਸ ਲਈ ਉਹ ਮਾਫ਼ ਕਤਲ ਦੇ। ਤੇ ਉਹ CBI ਦੀ ਅਦਾਲਤ ਵਿੱਚ ਅੱਜ ਵੀ ਚੱਲ ਰਿਹਾ ਮਾਮਲਾ, ਅੱਜ ਵੀ। ਹੁਣ 94 ਤੋਂ ਲੈ ਕੇ ਦੇਖ ਲਓ, ਚੱਲੀ ਜਾਂਦਾ। ਉਹ ਵਿਚਾਰੀ 95 ਸਾਲ ਦੀ, ਉਹਨਾਂ ਦੀ ਮਾਤਾ ਸੀ ਅਮਰ ਕੌਰ, ਆਲੂ ਵਾਲੀਆ ਪਰਿਵਾਰ ਹੈ, ਮੇਰੇ ਨਾਲ ਟੱਚ ਰਹੇ ਸੀ, ਜਿੰਨੇ ਜੋਗੇ ਸੀ ਮਦਦ ਕੀਤੀ ਉਹ ਵੀ ਮਰ ਗਈ। ਔਰ ਇਹਨਾਂ ਇਸ ਨੀਤੀ ਨੂੰ ਕੈਰੀ ਆਊਟ ਕਰਨ ਵਾਸਤੇ ਵੀ ਬੰਦਾ ਚਾਹੀਦਾ।
ਕਰਕੇ ਇਹ ਤਾਂ ਹੈ ਨਹੀਂ ਗਾ ਕਿ ਨੀਤੀ ਬਣਾਤੀ ਉਹਨੂੰ, ਉਸ ਨੀਤੀ ਨੂੰ ਅਗਾਂਹ ਲਿਜਾਣ ਵਾਸਤੇ ਉਹਨੂੰ ਲਾਗੂ ਕਰਨ ਵਾਸਤੇ ਬੰਦੇ ਚਾਹੀਦੇ, ਉਹ ਪਿਆਦੇ ਨੇ ਬਾਦਲ ਤੇ ਕੈਪਟਨ, ਉਹ ਪਿਆਦੇ ਨੇ। ਔਰ ਇਹਨਾਂ ਨੂੰ ਇਹਦੇ ਇਸ ਵਿੱਚ ਬਾਦਲ ਨੂੰ ਕਿਹਾ ਲੁੱਟ ਲਾ, ਜਿੰਨਾ ਲੁੱਟਣਾ ਤੁਹਾਡਾ ਕੀ ਖਿਆਲ ਹੈ ਕਿ ਬੀਜੇਪੀ ਦੇ ਕੇਂਦਰ ਦੀ ਕਾਂਗਰਸ ਦੇ ਉੱਥੋਂ ਦੀ ਰੋ ਤੇ ਉੱਥੋਂ ਦੀ ਆਈਬੀ ਤੇ ਇੰਟੈਲੀਜੈਂਸ ਨੂੰ ਪਤਾ ਨਹੀਂ ਕਿ ਬਾਦਲ ਨੇ ਕਿੰਨੀ ਕਰਪਸ਼ਨ ਕੀਤੀ ਪੰਜਾਬ ਦੇ ਵਿੱਚ, ਕਿੱਥੇ ਕਿੱਥੇ ਨਸ਼ੇ ਵੇਚੇ ਨੇ, ਕੱਲੀ ਕੱਲੀ ਗੱਲ ਪਤਾ ਉਹਨਾਂ ਨੂੰ। ਪਰ ਉਹਨਾਂ ਨੇ ਕਿਹਾ ਵੀ ਜਿੰਨੀ ਦੇਰ ਆਪਣੀ ਕੌਮ ਦਾ ਘਾਣ ਕਰ ਰਿਹਾ ਵਾ ਇਹਦੇ ਤੋਂ ਅਸੀਂ ਕਰਵਾ ਰਹੇ ਹਾਂ ਤੇ ਇਹ ਪੁਲਿਸ ਦੀ ਹਿਫਾਜ਼ਤ ਕਰ ਰਿਹਾ, ਦੋਸ਼ੀਆਂ ਨੂੰ ਬਚਾ ਰਿਹਾ ਵਾ। ਹੁਣ ਕਿਹਾ ਲੁੱਟ ਲਾ, ਜਿੰਨਾ ਤੇਰੇ ਤੋਂ ਲੁੱਟ ਹੁੰਦਾ ਅਸੀਂ ਤੇਰੇ ਨਾਲ। ਉਹ ਉਹਨਾਂ ਦੀ ਉਸ ਅਣਲਿਖਿਤ ਨੀਤੀ ਨੂੰ ਲਾਗੂ ਕਰਨ ਵਿੱਚ ਇੱਕ ਮੋਹਰਾ ਬਣ ਕੇ ਕੰਮ ਕਰਦੇ ਨੇ। ਅਮਰਿੰਦਰ ਸਿੰਘ ਸੇਮ ਮਤ ਸਮਝਣਾ ਕਿ ਜੋ ਉਹਨੇ ਸੈਣੀ ਦੇ ਖਿਲਾਫ ਉਹਨੂੰ ਐਫ ਆਈ ਆਰ, ਇਹ ਸਾਰਾ ਫਰੋਡ ਆ। ਅਮਰਿੰਦਰ ਸਿੰਘ ਨੂੰ ਉਹਨਾਂ ਨੇ ਨੱਪਿਆ ਹੋਇਆ ਵਾ। ਔਰ ਮੈਂ ਕਹਿਣ ਚ ਗੁਰੇਜ਼ ਨਹੀਂ ਕਰਦਾ, ਤੁਹਾਨੂੰ ਪਤਾ ਕਿ ਜਿਹੜਾ ਡੀਜੀਪੀ ਹੁਣ ਲੱਗਿਆ ਨਵਾਂ ਦਿਨਕਰ ਗੁਪਤਾ ਕਿਹਨੇ ਲਾਇਆ ਵਾ? ਤੁਹਾਡਾ ਖਿਆਲ ਅਮਰਿੰਦਰ ਸਿੰਘ ਨੇ ਲਾਇਆ ਵਾ? ਅਜੀਤ ਡੋਵਾਲ ਜਿਹੜਾ ਪ੍ਰਾਈਮ ਮਿਨਿਸਟਰ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਉਹਨੇ ਲਵਾਇਆ ਵਾ, ਸੱਤ ਅਫਸਰਾਂ ਨੂੰ ਸੁਪਰਸੀਡ ਕਰਕੇ ਉਹਨੇ ਲਵਾਇਆ ਵਾ। ਫਿਰ ਉਹਦੀ ਘਰਵਾਲੀ ਨੂੰ, ਚਾਰ ਅਫਸਰਾਂ ਨੂੰ ਹੋਰ ਸੁਪਰਸੀਡ ਕਰਕੇ ਉਹਨੂੰ ਲਗਵਾਇਆ ਵਾ, ਉਹਨਾਂ ਨੇ ਲਗਵਾਇਆ ਵਾ। ਅਮਰਿੰਦਰ ਸਿੰਘ ਦੀ ਕੀ ਮਜਾਲ ਆ ਕਿ ਉਹਨਾਂ ਦੇ ਖਿਲਾਫ ਕੋਈ ਕਰ ਲਵੇ, ਕਿਸੇ ਤਰ੍ਹਾਂ ਦਾ ਕੋਈ ਫੈਸਲਾ ਲੈ ਲਵੇ, ਇੱਥੋਂ 5 ਮਿੰਟ 'ਚ ਕੰਨ ਮਰੋੜ ਕੇ ਬਾਹਰ ਸੁੱਟ ਦੇਣਗੇ। ਅਮਰਿੰਦਰ ਦਾ ਸਿੱਧਾ ਸਿੱਧਾ ਜਿਹੜਾ ਜ਼ਾਤੀ ਤੌਰ ਜ਼ਾਰਾ ਲਾਲਚ ਨਜ਼ਰ ਆਉਂਦਾ, ਉਹਨੇ ਆਪਣੀ ਪਾਕਿਸਤਾਨ ਦੀ ਇੱਕ ਔਰਤ ਜਿਹੜੀ ਦੋਸਤ ਆ ਉਹਨਾਂ ਨੂੰ ਰੱਖਣਾ ਚੰਡੀਗੜ੍ਹ ਦੇ ਵਿੱਚ, ਉਹਨੇ ਰੱਖ ਲਾ ਇੱਥੇ, ਪਰ ਡੀਜੀਪੀ ਸਾਡਾ ਹੋਊਗਾ। ਇਹ ਸੂਬਾ ਬਾਰਡਰ ਦੀ ਸਟੇਟ ਹੈ, ਇੱਥੇ ਜਿੰਨੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਚਾਹੇ ਉਹ ਯੁਆਪਾ ਦੇ ਤਹਿਤ, ਤਾਂ ਜਿਹੜੇ ਟਾਡਾ ਵਰਗੇ ਕੇਸ ਆ ਅਸੀਂ ਕਰਾਂਗੇ ਦਿੱਲੀਓ ਬੈਠੇ। ਤੂੰ ਕੁਛ ਨਹੀਂ ਬੋਲਣਾ ਉਹਦੇ ਵਿੱਚ, ਤੁਸੀਂ ਦੇਖਦੇ ਹੋ ਰੋਜ਼ ਪੁਲਿਸ ਹਰ ਚੌਥੇ ਪੰਜਵੇਂ ਦਿਨ ਨਾ ਇੱਕ ਖਬਰ ਆਉਂਦੀ ਆ ਅਖਬਾਰਾਂ ਵਿੱਚ ਛਾਪਦੀ ਕਿ ਜੀ ਖਾਲਿਸਤਾਨ ਦਾ ਮੋਡਿਊਲ ਫੜਿਆ ਗਿਆ, ਹਥਿਆਰ ਪੜੇ ਗਏ, ਸਰਾਸਰ ਬੇਗੁਨਾਹ ਲੋਕ ਯੁਆਪਾ ਦੇ। ਜਦੋਂ ਮੈਂ ਥੋੜੀ ਜਿਹੀ ਅਸੀਂ ਜਾ ਕੇ ਜ਼ਮੀਨ ਤੇ ਤਹਿਕੀਕਾਤ ਕੀਤੀ ਸੀ, ਇੱਕ ਐਫ ਆਈ ਆਰ ਛੇੜੀ, ਇੱਕ ਮੇਰੇ ਹਲਕੇ ਦੀ ਸੀਗੀ ਬੇਗੁਨਾਹ, ਇੱਕ ਐਫ ਆਈ ਆਰ ਵਿੱਚ 4-5 ਦਲਿਤ ਬੱਚਿਆਂ ਨੂੰ ਜਿਹੜੇ ਰੋਟੀ ਤੋਂ ਆਵਾਜ਼ਾਰ ਨੇ ਉਹਨਾਂ ਨੂੰ ਅੱਤਵਾਦੀ ਦਿਖਾ ਦਿੱਤਾ, ਫੜਿਆ ਕਿਤਿਓਂ ਪੰਚਾਇਤ ਦੀ ਹਾਜ਼ਰੀ 'ਚ ਤੇ ਕਿਸੇ ਨਾਕੇ ਤੇ ਉਹਨਾਂ ਦੀ ਰਿਕਵਰੀ ਦਿਖਾਤੀ ਨੇ ਪਿਸਤੌਲ। ਇਹ ਸਾਰਾ ਫਰੋਡ ਹੋ ਰਿਹਾ ਵਾ, ਇਹ ਸਿਰਫ ਲੋਕਾਂ ਦੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ, ਦਿੱਲੀ 'ਚ ਨੰਬਰ ਬਣਾਏ ਜਾ ਰਹੇ ਕਿ ਅਸੀਂ ਕੌਮ, ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਲੜਾਈ ਲੜ ਰਹੇ ਹਾਂ। ਮੇਰੇ ਵੀਰ ਇਹ ਪਿਆਦੇ ਨੇ, ਇਹਨਾਂ ਦੇ ਖਿਲਾਫ ਜਿਹੜੇ CBI ਦੇ ਮੁਕੱਦਮੇ ਚੱਲ ਰਹੇ ਨੇ, ਅਮਰਿੰਦਰ ਸਿੰਘ ਦੇ ਜਵਾਈ ਸਿੰਭੋਲੀ ਸ਼ੂਗਰ ਮਿਲ ਖਰੇ 100 ਕਰੋੜ ਰੁਪਏ ਦਾ ਗਮਨ ਆ ਉਹਨੂੰ ਠੱਪ ਕਰਤਾ ਬੀਜੇਪੀ ਨੇ, ਕਿਹਾ ਰੋਕ ਦਿਓ ਕੋਈ ਗੱਲ ਨਹੀਂ, ਇਹ ਸਾਡਾ ਪਿਆਦਾ ਵਾ। ਜੇ ਆਪਣੇ ਪਿਆਦਿਆਂ ਨੂੰ ਮਾਰ ਦੇਣਗੇ, ਆਪਣੇ ਮੋਹਰਿਆਂ ਨੂੰ ਮਾਰ ਦੇਣਗੇ, ਕੱਲ ਨੂੰ ਫਿਰ ਆਪਣੇ ਕੌਮ ਦੇ ਖਿਲਾਫ ਝੰਡਾ ਕੌਣ ਚੁੱਕੂਗਾ? ਆਹ ਬਾਦਲ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀਗੀ। ਚਲੋ ਉਹ ਕਾਂਗਰਸ ਤੋਂ ਉਮੀਦ ਕਰ ਸਕਦੇ ਸੀ, ਕਿਸੇ ਹੋਰ ਮੁੱਖ ਮੰਤਰੀ ਤੋਂ ਉਮੀਦ ਕਰ ਸਕਦੇ ਸੀ, ਜਿਹੜੇ ਲੋਕ ਯਾਰ ਆਪਣੇ ਆਪ ਨੂੰ ਪੰਥ ਦਾ ਪੂਰਾ ਹਤੈਸ਼ੀ, ਐਡੇ ਵੱਡੇ ਵੱਡੇ ਨਾਰੇ ਲਾਉਣ ਵਾਲੇ ਲੋਕ, ਉਹਨਾਂ ਨੇ ਗੋਲੀਆਂ ਚਲਾਈਆਂ ਵੀ ਕਹਿੰਦੇ ਸਾਨੂੰ ਪਤਾ ਨਹੀਂ ਲੱਗ ਰਿਹਾ ਕਿਹਨੇ ਚਲਾਈ ਹੈ, ਅਣਪਛਾਤੀ ਹੈ ਇਹ। ਔਰ ਹੁਣ ਜਦੋਂ ਲੋਕਾਂ ਨੇ ਘੇਰਿਆ ਅਸੈਂਬਲੀ ਵਿੱਚ ਝੰਗਾ ਰਗੜਾ ਬੰਨਿਆ, ਫਿਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਬਹਿਬਲ ਕਲਾਂ ਗੋਲੀਕਾਂਡ ਕੀਤਾ, ਉਹਨਾਂ ਦਾ ਕੱਖ ਨਾ ਰਵੇ। ਸੁਣਿਆ ਸੀ ਨਾ ਤੁਸੀਂ, ਹੁਣ ਸੁਮੇਧ ਸਿੰਘ ਸੈਣੀ ਨੂੰ ਨਾਮਜ਼ਦ ਕੀਤਾ, ਉਹਦੇ ਖਿਲਾਫ ਬੋਲਿਆ ਸੁਖਬੀਰ ਸਿੰਘ ਬਾਦਲ ਇੱਕ ਸ਼ਬਦ ਵੀ? ਔਰ ਅੱਛੀ ਤਰ੍ਹਾਂ ਜਾਣਦਾ ਕਿ ਸੁਮੇਧ ਸਿੰਘ ਸੈਣੀ ਵਰਗੇ ਲੋਕ ਸਿੱਖਾਂ ਦੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਇੱਕ ਨਹੀਂ ਦਰਜਨਾ ਨਹੀਂ ਸੈਂਕੜੇ ਨੌਜਵਾਨਾਂ ਨੂੰ ਮਾਰਨ ਵਿੱਚ ਜ਼ਿੰਮੇਵਾਰ ਨੇ, ਉਹਦੇ ਖਿਲਾਫ ਨਹੀਂ ਕਦੀ ਬੋਲਣਗੇ। ਇਸ ਕਰਕੇ ਇਹ ਸਭ ਕੁਝ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਹੋ ਰਿਹਾ ਵਾ। ਔਰ ਅਫਸੋਸ, ਮੈਨੂੰ ਹੋ ਸਕਦਾ ਕਈਆਂ ਨੂੰ ਬੁਰਾ ਲੱਗੇ, ਉਹ ਜਿਹੜਾ ਮੋਰਚਾ ਸੀ ਨਾ ਆਪਾਂ, ਉਹ ਬਹੁਤ ਸਿਰੇ ਤੇ ਜਾਣਾ ਸੀ, ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਉਹਦੇ ਸਾਥ ਦਿੱਤਾ, ਸਾਰੀਆਂ ਕੌਮਾਂ ਨੇ, ਸਾਰੇ ਵਰਗਾਂ ਨੇ, ਵਿਦੇਸ਼ਾਂ ਚੋਂ। ਜਦੋਂ ਆਪਾਂ ਯਕਮੁਸ਼ਤ ਬਿਨਾਂ ਕਿਸੇ ਸਲਾਹ ਤੋਂ ਚੱਕਦੇ ਹਾਂ, ਉਦੋਂ ਭਰੋਸਾ ਉੱਠਦਾ ਵਾ। ਏਦਾਂ ਹੀ ਹੁਣ ਲੋਕਾਂ ਨੂੰ ਹਲੇ ਭਰੋਸਾ ਨਹੀਂ ਵੱਜ ਰਿਹਾ ਕਿ ਅਸੀਂ ਕਿਸਾਨਾਂ ਦਾ ਸੰਘਰਸ਼ ਕਿਸੇ ਸਿਰੇ ਲੱਗੇਗਾ ਯਾਰ। ਲੋਕਾਂ ਦੇ ਦਿਲ 'ਚ ਤਾਂ ਧੁੜਕੂ ਆ, ਵਹਿਮ ਆ, ਡਰਦੇ ਨੇ। ਪਰ ਮੈਂ ਤੁਹਾਨੂੰ ਸਿਰਫ ਇਹ ਕਹਿਣਾ ਚਾਹੁੰਦਾ ਵਾਂ ਕਿ ਆਪਾਂ ਨੂੰ ਇਹ ਲੜਾਈਆਂ ਬਹੁਤ ਲੰਬੇ ਅਰਸੇ ਲਈ ਲੜਨੀਆਂ ਪੈਣੀਆਂ ਵਾ। ਔਰ ਉਹ ਕੋਈ ਵੀ ਸਰਕਾਰ, ਕਿਉਂਕਿ ਬਾਰਡਰ ਦੀ ਸਟੇਟ ਹੈ ਨਾ, ਇੱਥੇ ਅਧਿਕਾਰ ਹੀ ਨੇ। ਦੇਖ ਲਓ ਜਿਹੜੇ ਉਹਨਾਂ ਦੇ ਮੋਹਰੇ ਸੀ ਨਾ, ਫਾਰੂਕ ਅਬਦੁੱਲਾ ਵਰਗੇ ਤੇ ਮੁਫਤੀ ਮੁਹੰਮਦ ਸਈਦ ਵਰਗੇ, ਉਹਨਾਂ ਨੇ ਉਹ ਵੀ ਫੜ ਕੇ ਅੰਦਰ ਦੇ ਦਿੱਤੇ। ਉਹਨਾਂ ਨੂੰ ਉਹਨਾਂ ਤੇ ਯਕੀਨ ਨਹੀਂ ਗਾ ਜਿਹੜੇ ਉਹਨਾਂ ਦੇ ਪੱਕੇ ਮੋਹਰੇ ਸੀ। ਇਸ ਲਈ ਉਹ ਸਾਡੇ ਤੇ ਯਕੀਨ ਹੀ ਨਹੀਂ ਕਰਦੇ, ਦਿੱਲੀ 'ਚ ਬੈਠੇ ਹਮੇਸ਼ਾ ਸ਼ੱਕ ਚੜ ਜਾਂਦੇ, ਇਹ ਉੱਠਣਗੇ, ਇਹ ਕੁਛ ਕਰਨਗੇ, ਇਹ ਸਾਡੇ ਖਿਲਾਫ਼ ਬਗਾਵਤ ਕਰਨਗੇ। ਉਸ ਨੀਤੀ ਦੇ ਤਹਿਤ ਸਭ ਕੁਛ ਹੋ ਰਿਹਾ। ਅਸੀਂ ਜਿੰਨੇ ਜੋਗੇ ਵੀ ਇਸ ਸਾਰੇ
ठीक है जी। असी अज अज जिहड़ा आपां इकट्ठे होए ना, मैनूं थोड़ा अफसोस नाल कहना पैंदा भी बस आपां इन्ने रह गए हां जिहड़े इंसाफ दी लड़ाई लड़न गए हुण बाइबल कलां दी। जिहड़ा ये नीति है ना कि मैनू की सानू की किसी के बच्चे मरे ने तो हाडे भी मरण गए जिहड़े घरां दे विच बैठे ने, जिहड़े कहिंदे ना कि मेरे लड़की का थोड़ो बलात्कार होया तां हाथरस विच होया वा, आप ही लड़ाई लड़न गए कोई ले लूगा, बाइबल कलाम विच मारे गए नौजवान साढ़े थोड़े से वो तो किसी के सके, आप ही जो उन्होंने इंसाफ मिलूगा असीं नाल ही हां। किसानां दे धरनियां विच जिहड़े लोकी एसी कमरियां दे विच बैठे ने घरां दे विच बैठे ने वो ये समझते कि आपे लड़के इन्होंने जीती लेना मोर्चा सानू भी भा मिल जाना वा, इदा भा नहीं मिलने मेरे भी फिर आप गुलामी वाल होर बढ़ रहे, ये गुलामी दी निशानियां ने। इसलिए आओ मैं यही कह सकदा सारे सत्कारयोग जथेबंदियां नूं और सारियां जिहड़ियां धिरां लड़दियां सी आओ इकट्ठे हो, इस देश नूं छड्डना नहीं इस संसार दी लड़ाई, जे आपां इस नूं छड्डा फिर तां आपां हार कबूली, फिर तां आपां गुरु साहब दे सिखाए हुए सिधांत दे उल्ट अपनी हार मान ली। ठीक है लंबी लड़ाई जरूर हैगी है, दम रख के इस नूं फिर चकना, हले फिलहाल किसानों का संघर्ष चल रहा वा, चल लैण दे इहनूं आपां किसे सिरे लाईए। और मैं समझदा कि किसानों का संघर्ष भी जिहड़ा वा उह सिर्फ MSP वगैरह तक सीमित नहीं रहना चाहिए, जिहड़ियां नीतियां ने साडे पंजाब नूं 1 लाख करोड़ का करजई बनाता किसान, जिहड़ी नीति से कहने कि बहाल करो और कई हजार लोगों ने खेत मजदूरों के किसानों ने आत्महत्या कर ली, वो यार कि भोले किसान है उही मंग रहे ने, वो कहते नवे कानून साढ़े दे नाल लागू करो, सानू 1 लाख करोड़ रुपया करजा ते जिहड़ियां तुहाडियां नीतियां पुरानियां सीगियां आत्महत्या वो सानू कबूल है सानू उही दे दिओ, इन्हां दा भूलापन देखो लोकां दा। इसलिए सानू वड्डा निशाना लड़ मिथ के किसानी विच भी इस तरह ही बाइबल कलां दी लड़ाई अखीर तक लड़नी चाहिए है, वो की कहिंदे हुंदे देर है अंधेर नहीं, वाहेगुरु की अदालत विच बहुत इंसाफ पक्का मिलेगा, पर उहदे लई आपां नूं सारिआं नूं जद्दोजहद करनी पैणी। मैनूं जिथे भी किते तुसीं सेवा लाया करोगे मैं तुहाडे नाल आ और पूरी दमदार तरीके दे नाल जिन्नी हो सकदी है इहदी पूरी मदद करांगे, समां ज्यादा ना लैण तों मैं लेट हो गया, मेरे अपने हल्के च साडे अपने परिवार दे विच नडाड़े एक बहुत इंपोर्टेंट भोग सीगा इस करके थोड़ा लेट आया, उस मैं क्षमा मंगदा तुहाडा सारिआं दा जिहड़े तुसीं बैठे हो, अखलाकी लोग हो, बहुत गैरतमंद लोग हो, बड़े योधे बंदे हो तुसीं जिहड़े आप किन्नी पुलिस बाहरले पासे खड़ी कीती लाई आ, उहदे च कई CCTV कैमरे लाए, कौन कौन आउंदा चंगी चंगी तरीके नाल कैप्टन अमरिंदर सिंह नूं शाम नूं रिपोर्ट दिखाउणी भी आह बंदे तेरे खिलाफ उत्थे हले भी डटे हुए ने, भावां आपां थोड़े आ पर वो जरा साडे सिद्धांत है गुरु साहब का, थोड़े जानदार बंदे होन बहुत ही गिनती नफरी भी कुछ नहीं होंगी, थोड़े भी आदमी बहुत कुछ जिंदगी कर सकते, यही कामना अरदास करता होया दोनों कौमी शहीदों श्रद्धा के फुल पेंट करता होया खिमा दा जाचक फतेह बुला दो, वाहेगुरु जी का खालसा वाहेगुरु जी की फतेह, तो बुलाओ यार जिंदा इदा कि नहीं, वाहेगुरु जी का खालसा फतेह। थैंक यू।